ਫਰੀਦਕੋਟ ਹਲਕੇ ਤੋਂ ਐਮ ਪੀ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਇਆ ਅਤੇ ਸਰਕਾਰਾਂ ਨੂੰ ਇਹ ਦੱਸਿਆ ਕਿ ਅਸੀਂ ਇਹ ਚੀਜ਼ ਵੀ ਕਰ ਸਕਦੇ ਹਾਂ ਜੋ ਤੁਸੀਂ ਆਪਣੇ ਮੁੱਦੇ ਤੋਂ ਭਜੋਗੇ। ਬੇਅਦਬੀ ਦੇ ਵਿੱਚ ਇਕੱਲਾ ਮੈਂ ਪੀੜਤ ਨਹੀਂ, ਪੂਰਾ ਸੰਸਾਰ ਪੀੜਤ ਹੈ ਇਸ ਨੂੰ ਲੈ ਕੇ। ਇਸ ਨੂੰ ਲੈ ਕੇ ਹਿੰਦੂ ਵੀ ਪੀੜਤ ਨੇ, ਇਸ ਨੂੰ ਲੈ ਕੇ ਮੁਸਲਮਾਨ ਵੀ ਪੀੜਤ ਨੇ, ਇਸ ਨੂੰ ਲੈ ਕੇ ਸਿੱਖ ਵੀ ਪੀੜਤ ਨੇ। ਜਿਹੜੀਆਂ ਸਰਕਾਰਾਂ ਇਸ 'ਤੇ ਬਣ ਗਈਆਂ ਉਹ ਇਸ 'ਤੇ ਕੰਮ ਨਹੀਂ ਕਰ ਰਹੀਆਂ, ਅਤੇ ਅੱਜ ਇਹਨਾਂ ਨੂੰ ਯਾਦ ਕਰਾਉਣ ਦੇ ਲਈ ਫਿਰ ਵਿੱਚ ਜਾਣਾ ਜ਼ਰੂਰੀ ਆ। 24 ਘੰਟੇ 'ਚ ਕਹਿਣ ਵਾਲੇ 3 ਸਾਲ ਟਪਾ ਗਏ, 2 ਮਹੀਨੇ 'ਚ ਕਹਿਣ ਵਾਲੇ 5 ਸਾਲ ਟਪਾ ਗਿਆ, ਤੇ ਜਿਹੜਿਆਂ ਦੇ ਰਾਜ 'ਚ ਹੋਇਆ ਉਹਨਾਂ ਨੇ ਤਾਂ ਅੱਗੇ ਨਹੀਂ ਬਚਿਆ, ਉਹਨਾਂ ਨੇ ਤਾਂ ਕੀਤਾ ਹੀ ਕੱਖ ਨਹੀਂ। ਗਿੱਦੜਬਾਹਾ ਤੋਂ ਜ਼ਿਮਨੀ ਚੋਣ ਦਾ ਐਲਾਨ ਹੋਣਾ ਹਜੇ ਬਾਕੀ ਹੈ, ਪਰ ਹੁਣ ਤੋਂ ਹੀ ਗਿੱਦੜਬਾਹ ਦੇ ਵਿੱਚ ਸਿਆਸੀ ਮਾਹੌਲ ਹੈ ਜਿਹੜਾ ਭਖਣ ਲੱਗਿਆ। ਪਹਿਲਾਂ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ, ਪਰ ਹੁਣ ਗਿੱਦੜਬਾਹ ਤੋਂ ਕੈਸੇ ਉਮੀਦਵਾਰ ਪਹੁੰਚੇ ਨੇ ਜਿਨ੍ਹਾਂ ਨੇ ਚੋਣ ਮੈਦਾਨ ਦੇ ਵਿੱਚ ਤਾਲ ਠੋਕ ਦਿੱਤੀ ਹੈ। ਮੇਰੇ ਨਾਲ ਸੁਖਰਾਜ ਸਿੰਘ ਨਿਆਮੀ ਵਾਲਾ ਨੇ। ਸੁਖਰਾਜ ਜੀ, ਸਵਾਗਤ ਹੈ ਪਹਿਲਾਂ ਤੁਹਾਡਾ ਨਿਊਜ਼ 18 ਪੰਜਾਬ 'ਤੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਫਿਰ ਸੁਖਰਾਜ ਨੇ ਤਾਲ ਠੋਕਤੀ ਹੈ, ਕਹਿੰਦੇ ਆ ਕਿ ਇੱਥੋਂ ਜ਼ਿਮਨੀ ਚੋਣਾਂ ਮੈਂ ਲੜਾਂਗਾ, ਕੀ ਕਾਰਨ ਕੀ ਇਸਦੇ ਪਿੱਛੇ? ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਤਾਂ ਬਾਈ ਜੀ ਇਹ ਹੈ ਕਿ ਜਿਹੜੀਆਂ ਸਰਕਾਰਾਂ ਅੱਜ ਰੀਪ੍ਰਜੈਂਟ ਹੋ ਰਹੀਆਂ ਪੰਜਾਬ ਨੂੰ, ਜਿਹੜੇ ਮੁੱਦਿਆਂ 'ਤੇ ਬਣ ਕੇ ਆਈਆਂ ਉਹਨਾਂ ਮੁੱਦਿਆਂ 'ਤੇ ਉਹਨਾਂ ਦਾ ਫੋਕਸ ਨਹੀਂ ਰਿਹਾ, ਅਤੇ ਅਸੀਂ ਉਹਨਾਂ ਨੂੰ ਯਾਦ ਦਿਵਾਉਣ ਦੇ ਲਈ ਅਤੇ ਉਹਨਾਂ ਨੂੰ ਦੱਸਣ ਦੇ ਲਈ, ਜਿਵੇਂ ਫਰੀਦਕੋਟ ਹਲਕੇ ਤੋਂ ਐਮ ਪੀ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਇਆ ਅਤੇ ਸਰਕਾਰਾਂ ਨੂੰ ਇਹ ਦੱਸਿਆ ਕਿ ਅਸੀਂ ਇਹ ਚੀਜ਼ ਵੀ ਕਰ ਸਕਦੇ ਹਾਂ ਜੋ ਤੁਸੀਂ ਆਪਣੇ ਮੁੱਦਿਆਂ ਤੋਂ ਭਜੋਗੇ। ਸੋ ਉਸੇ ਤਰੀਕੇ ਦੇ ਨਾਲ ਹੀ ਇਹ ਸਰਕਾਰਾਂ 3 ਬਣੀਆਂ, ਇੱਕ ਨਹੀਂ, ਇਸ ਮਸਲੇ 'ਤੇ 3 ਚੱਲੀਆਂ, 3 ਮੁੱਖ ਮੰਤਰੀ ਬਦਲੇ ਗਏ ਆ, ਅਤੇ 3 ਦਾ ਕੀ ਆਪਾਂ ਨੂੰ ਉਹਦੇ 'ਚ ਰਿਵਰਟ ਆਇਆ, ਕੀ ਡਿਵੈਲਪਮੈਂਟ ਆਈ ਹੈ ਇਸ ਵਿਸ਼ੇ 'ਤੇ? ਅੱਜ ਵੀ ਦੋਸ਼ੀ ਬਾਹਰ ਫਿਰਦੇ ਆ, ਅੱਜ ਵੀ ਮੈਂ ਕਹਿੰਦਾ ਵੀ ਬੇਅਦਬੀ ਦੇ ਵਿੱਚ ਇਕੱਲਾ ਮੈਂ ਪੀੜਤ ਨਹੀਂ, ਪੂਰਾ ਸੰਸਾਰ ਪੀੜਤ ਹੈ ਇਸ ਨੂੰ ਲੈ ਕੇ। ਇਸ ਨੂੰ ਲੈ ਕੇ ਹਿੰਦੂ ਵੀ ਪੀੜਤ ਨੇ, ਇਸ ਨੂੰ ਲੈ ਕੇ ਮੁਸਲਮਾਨ ਵੀ ਪੀੜਤ ਨੇ, ਇਸ ਨੂੰ ਲੈ ਕੇ ਸਿੱਖ ਵੀ ਪੀੜਤ ਨੇ। ਸੋ ਅਸੀਂ ਉਹ ਸਾਂਝੀ ਗੱਲ ਕਰਦੇ ਹਾਂ, ਅਸੀਂ ਉਸ ਗੱਲ ਦੀ ਪ੍ਰੋੜਤਾ ਕਰਦੇ ਹਾਂ ਕਿ ਜਿਹੜੇ ਲੋਕ ਕਹਿ ਦਿੰਦੇ ਆ ਕਿ ਇਕੱਲਾ ਬੇਅਦਬੀ ਦਾ ਏਜੰਡਾ ਲੈ ਕੇ ਗੱਲ ਕਰਦੇ ਆ, ਅਸੀਂ ਉਸ ਦੀ ਗੱਲ ਤਾਂ ਪਾਸੇ ਰੱਖਦੇ ਹਾਂ ਕਿ ਸਾਡੇ ਕੋਲ ਏਜੰਡਾ ਨਹੀਂ ਹੈ, ਇਹ ਸਾਡਾ ਦਰਦ ਹੈ। ਜਿਹੜੀਆਂ ਸਰਕਾਰਾਂ ਇਸ 'ਤੇ ਬਣ ਗਈਆਂ ਉਹ ਇਸ 'ਤੇ ਕੰਮ ਨਹੀਂ ਕਰ ਰਹੀਆਂ, ਅਤੇ ਅੱਜ ਇਹਨਾਂ ਨੂੰ ਯਾਦ ਕਰਾਉਣ ਦੇ ਲਈ ਫਿਰ ਵਿੱਚ ਜਾਣਾ ਜ਼ਰੂਰੀ ਆ। ਅਸੀਂ ਉਹੀ ਐਂਟਰੀ ਆ ਜਿਹੜੀ ਸੰਗਤਾਂ ਦੇ ਸਹਿਯੋਗ ਦੇ ਨਾਲ, ਲੋਕਾਂ ਦੇ ਸਹਿਯੋਗ ਦੇ ਨਾਲ, ਦੇਖੋ ਕਰਨਾ ਲੋਕਾਂ ਨੇ ਆ, ਅਸੀਂ ਆਪਣਾ ਦੱਸ ਸਕਦੇ ਹਾਂ ਵੀ ਸਾਨੂੰ ਇਹ ਰਾਹ ਅਪਣਾਉਣੇ ਪੈਣਗੇ, ਕਿਉਂਕਿ ਜਦੋਂ ਇਹਨਾਂ ਨੂੰ ਤੁਸੀਂ ਭੇਜਿਆ ਇਹਨਾਂ ਨੇ ਕੁਛ ਨਹੀਂ ਕੀਤਾ, ਅਸੀਂ ਸੜਕਾਂ 'ਤੇ ਬੰਦੇ ਵੀ ਮਰਵਾਏ ਆ, ਸਾਡੇ ਇਸ ਦੀ ਬੇਅਦਬੀ ਵੀ ਹੋ ਗਈ, ਅਸੀਂ ਉਦੋਂ ਵੀ ਸੜਕਾਂ 'ਤੇ ਬੈਠੇ ਹਾਂ, ਅਸੀਂ ਅੱਜ ਤੜਕੇ ਵੀ ਪ੍ਰੋਟੈਸਟ ਕਰਕੇ ਆਏ ਹਾਂ। 3 ਸਰਕਾਰਾਂ ਬਦਲ ਗਈਆਂ, ਆਖਿਰ ਵਿਸ਼ਵਾਸ ਹੀ ਆਉਣੀ ਸਰਕਾਰਾਂ 'ਤੇ ਤੁਹਾਡਾ ਰਿਹਾ? ਪਹਿਲਾਂ ਅਕਾਲੀ ਸਰਕਾਰ ਸੀ, ਕਾਂਗਰਸ ਆ ਗਈ, ਹੁਣ ਆਮ ਆਦਮੀ ਪਾਰਟੀ ਸਰਕਾਰ ਹੈ। ਸਰਕਾਰ ਕਹਿੰਦੀ ਕਿ ਅਸੀਂ ਕੰਮ ਕਰ ਰਹੇ ਹਾਂ, ਆਰੋਪੀਆਂ ਨੂੰ ਫੜ ਰਹੇ ਹਾਂ। ਕਿੱਥੇ ਬਾਈ ਜੀ, 24 ਘੰਟੇ 'ਚ ਕਹਿਣ ਵਾਲੇ 3 ਸਾਲ ਟਪਾ ਗਿਆ, 2 ਮਹੀਨੇ 'ਚ ਕਹਿਣ ਵਾਲੇ 5 ਸਾਲ ਟਪਾ ਗਿਆ, ਤੇ ਜਿਹੜਿਆਂ ਦੇ ਰਾਜ 'ਚ ਹੋਇਆ ਉਹਨਾਂ ਨੇ ਤਾਂ ਅੱਗੇ ਨਹੀਂ ਬਚਿਆ, ਉਹਨਾਂ ਨੇ ਤਾਂ ਕੀਤਾ ਹੀ ਕੱਖ ਨਹੀਂ। ਸੋ ਗੱਲ ਇੱਥੇ ਹੁੰਦੀ ਆ ਕਿ ਜਦੋਂ 2 ਮਹੀਨੇ ਦਾ ਲਾਰਾ ਲਾ ਕੇ 5 ਸਾਲ ਟਪਾਏ ਜਾ ਸਕਦੇ ਆ, 24 ਘੰਟਿਆਂ ਦਾ ਕਹਿ ਕੇ 3 ਸਾਲ ਟਪਾਏ ਜਾ ਸਕਦੇ ਆ, ਤੇ ਉਹਦੇ 'ਚ ਪ੍ਰਾਪਤੀ ਕੀ ਆ? ਦੋਸ਼ੀਆਂ ਦੀਆਂ ਐਪਲੀਕੇਸ਼ਨਾਂ 'ਤੇ ਕੇਸ ਟ੍ਰਾਂਸਫਰ ਹੋ ਗਏ। ਦੂਜੀ ਪ੍ਰਾਪਤੀ ਇਹ ਆ ਕਿ ਜਿਹੜਾ ਮੁੱਖ ਦੋਸ਼ੀ ਆ ਇਸ ਬੇਅਦਬੀ ਦਾ, ਉਹਦੇ 'ਤੇ 295 ਇਹ ਤਹਿਤ ਜਿਹੜਾ ਹਜੇ ਮੁਕੱਦਮਾ ਨਹੀਂ ਚਾਲੂ ਕੀਤਾ ਜਾ ਰਿਹਾ, ਉਹ 'ਤੇ ਰੋਕ ਲਾਈ ਹੋਈ ਆ। ਜੇ ਤੀਸਰੀ ਰਾਜਨੀਤਿਕ ਗੱਲ ਕਰੀਏ ਤਾਂ ਪੰਜਾਬ ਦੇ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਆ ਕਿਹੜੇ ਪੂਰੇ ਕੀਤੇ ਆ? ਕਿੱਥੇ ਬੀਬੀਆਂ ਦੇ ਪੈਸੇ? ਕਿੱਥੇ ਉਹ ਜਿਹੜੀਆਂ ਪੈਨਸ਼ਨਾਂ ਲਾਗੂ ਕਰਨ ਦੀ ਗੱਲ ਕਰਦੇ ਆ? ਕਿੱਥੇ ਆ ਨੌਜਵਾਨੀ ਬੇਰੁਜ਼ਗਾਰੀ ਆ ਜਿਹੜੀ? ਕਿੱਥੇ ਆ ਪੰਜਾਬ ਦੇ ਵਿੱਚ ਗੋਰੇ ਕੰਮ ਕਰਨਗੇ? ਇਹ ਗੱਲਾਂ ਇਹ ਲੋਕਾਂ ਨੂੰ ਜਗ ਦੀ ਕਾਨਫਰੰਸ ਦੀ ਗੱਲ ਕੀਤੀ ਹੈ, ਤੁਸੀਂ ਸਿਰਫ ਇਕੱਲੇ, ਸਿਰਫ ਇੱਕ ਤੋਂ ਤੁਹਾਡੇ ਸਾਥੀ ਨਜ਼ਰ ਆ ਰਹੇ, ਲੱਗਦਾ ਨਹੀਂ ਸੀ ਕਿ ਸਿੱਖ ਜਥੇਬੰਦੀਆਂ ਦੇ ਲੋਕ ਵੱਡੇ ਤੌਰ ਤੇ ਤੁਹਾਡੇ ਨਾਲ ਹੁੰਦੇ, ਤੁਹਾਡਾ ਨਾਂ ਉੱਤੇ ਅਨਾਉਂਸ ਕੀਤਾ ਜਾਂਦਾ ਤਾਂ ਪੱਲਾ ਤੁਹਾਡਾ ਬੜਾ ਭਾਰੀ ਹੋਣਾ ਸੀ। ਬਿਲਕੁਲ ਜੀ, ਅਸੀਂ ਇਹ ਗੱਲ ਮੰਨਦੇ ਹਾਂ ਜਿਹੜੀ ਤੁਸੀਂ ਕਹਿ ਰਹੇ ਹੋ ਸਾਰੀ ਨਾਲ ਆ। ਇਹ ਤਾਂ ਸਿਰਫ ਅਸੀਂ ਉਹਨਾਂ ਲੋਕਾਂ ਨੂੰ ਜਿਵੇਂ ਕੱਲ ਦੀ ਗੱਲ ਚੱਲੀ ਜਾਂਦੀ ਆ ਤੇ ਇੱਕ ਸਪਸ਼ਟੀਕਰਨ ਦਿੱਤਾ ਵੀ ਹਾਂ ਅਸੀਂ ਲੜਾਂਗੇ, ਲੜ ਸਕਦੇ ਹਾਂ, ਉਹ ਤੁਹਾਡੇ ਮਾਧਿਅਮ ਰਾਹੀਂ, ਉਹ ਸਾਰੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਦੱਸਿਆ ਵੀ ਲੜ ਸਕਦੇ ਹਾਂ ਤੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਆ। ਦੂਸਰੀ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ ਵੀ ਇਕੱਲਾ ਬੇਅਦਬੀ ਨੂੰ ਲੈ ਕੇ ਨਹੀਂ ਆ, ਗਿੱਦੜਬਾਹੇ ਦੀ ਸਿਆਸਤ ਪਿਛਲੇ ਲੰਮੇ ਸਮੇਂ ਤੋਂ ਵੱਡੇ ਚਿਹਰੇ ਰਹੇ ਆ।
ਇੱਥੇ ਬਾਦਲਾਂ ਦਾ ਰਾਜ ਰਿਹਾ, ਇੱਥੇ ਮਨਪ੍ਰੀਤ ਦਾ ਰਾਜ ਰਿਹਾ, ਇੱਥੇ ਰਾਜਾ ਵੜਿੰਗ ਆਪਣੀ ਧੌਂਸ ਜਮਾਉਂਦਾ ਰਿਹਾ, ਕਾਂਗਰਸ ਦਾ ਪ੍ਰਧਾਨ ਹੈ। ਤੋ ਮੈਨੂੰ ਇਹ ਦੱਸੋ ਵੀ ਇੱਥੇ ਡਿਵੈਲਪਮੈਂਟ ਵੀ ਕੀ ਹੋਈ ਆ? ਹੋਸਪਿਟਲਾਂ ਦੇ ਵਿੱਚ ਲੋਕਾਂ ਨੂੰ ਧੱਕੇ, ਉਹ ਡਿਵੈਲਪਮੈਂਟ ਨਹੀਂ ਹੈਗੀ। ਗਿੱਦੜਵਾਹੇ ਦੇ ਲੋਕਾਂ ਦੇ ਘਰਾਂ 'ਚ ਪਾਣੀ ਨਹੀਂ ਹਜੇ ਤੱਕ ਆ ਰਿਹਾ, ਸੀਵਰੇਜ ਇੱਥੇ ਪ੍ਰੋਬਲਮ ਪੈ ਰਹੀ ਆ। ਪਿੰਡਾਂ ਦੀ ਗੱਲ ਕਰੀਏ, ਉਹਨਾਂ ਦੇ ਪਿੰਡਾਂ ਦੇ ਵਿੱਚ ਗਲੀਆਂ ਕੱਚੀਆਂ ਪਈਆਂ ਹੈਗੀਆਂ, ਅਤੇ ਉਹਦੇ ਵਿੱਚ ਜਿਹੜੇ ਛੱਪੜਾਂ ਦਾ ਪਾਣੀ ਨਹੀਂ ਕੱਢਣ ਦੇ ਰਹੇ। ਉਹ ਪਿੱਛੇ ਜਿਵੇਂ ਜਾ ਕੇ ਵੀ ਆਇਆ ਸੀ, ਦੋ ਚਾਰ ਪਿੰਡਾਂ 'ਚ ਅਸੀਂ ਜਦੋਂ ਗਏ ਹਾਂ, ਅਤੇ ਉੱਥੇ ਦੇਖਿਆ ਕਿ ਉਹ ਛੱਪੜਾਂ ਦਾ ਪਾਣੀ ਮੀਂਹ ਦੇ ਨਾਲ ਗਲੀਆਂ ਭਰੀਆਂ ਹੋਈਆਂ, ਅਤੇ ਵੀ ਕੱਢਣ ਕਿਉਂ ਨਹੀਂ ਦੇ ਰਹੇ, ਕੱਢਣ ਆ ਕੇ ਉਹ ਨਹੀਂ ਦੇ ਰਹੇ। ਵੀ ਇਹ ਤਾਂ ਇੱਥੇ ਰਾਜਾ ਵੜਿੰਗ ਦਾ ਜ਼ੋਰ ਚੱਲਦਾ, ਵੀ ਇਹਦੇ ਬੰਦੇ ਨੇ ਕਹਿਤਾ ਵੀ ਮੇਰੇ ਇੱਥੋਂ ਥਾਂਵੇ ਦੀ ਪਾਈਪ ਨਹੀਂ ਲੰਘ ਸਕਦੀ। ਸੋ ਇਹ ਚੀਜ਼ਾਂ ਜਿਹੜੀਆਂ ਇਕੱਲੀਆਂ ਫੋਕਸ ਆ, ਜਿਹੜਾ ਇਸ 'ਤੇ ਨਹੀਂ ਰਹੂਗਾ, ਪੂਰੇ ਗਿੱਦੜਵਾਹੇ ਦੇ ਕੰਮਾਂ 'ਤੇ ਵੀ ਰਹੂਗਾ। ਅਤੇ ਨਾਲ ਇਹਨਾਂ ਨੂੰ ਅਸੀਂ ਸਵਾਲ ਵੀ ਕਰਾਂਗੇ ਵੀ ਭਾਈ, ਜਿਹੜੀਆਂ ਗੱਲਾਂ ਦੇ ਉੱਤੇ ਤੁਸੀਂ ਆਏ ਸੀ ਉਹਨਾਂ 'ਤੇ ਖਰੇ ਨਹੀਂ ਉਤਰੇ, ਤਾਂ ਅਸੀਂ ਖੁਦ ਨਿਮਾਣੇ ਹੋ ਕੇ ਲੋਕਾਂ ਨੂੰ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ। ਅਸੀਂ ਆਵਾਜ਼ ਪਹਿਲਾਂ ਵੀ ਚੱਕਦੇ ਰਹੇ ਹਾਂ, ਹੁਣ ਵੀ ਚੱਕਦੇ ਹਾਂ, ਅਤੇ ਅੱਗੇ ਵੀ ਚੱਕਦੇ ਰਹਾਂਗੇ। ਗੱਲ ਜਿੱਥੇ ਸਾਡੇ ਇਸ਼ਟ ਦੀ ਆਉਂਦੀ ਆ, ਉੱਥੇ ਇਹ ਵਜ਼ੀਰੀਆਂ, ਇਹ ਰਾਜਨੀਤੀਆਂ ਨਿੱਕੀਆਂ ਰਹਿ ਜਾਂਦੀਆਂ। ਸੋ ਲੋਕਾਂ ਦੇ ਸਹਿਯੋਗ ਦੀ ਇਸ ਕਰਕੇ ਗੱਲ ਕਰਦੇ ਹਾਂ ਕਿ ਜੇ ਲੋਕ ਸਾਥ ਦਿੰਦੇ ਆ, ਅਸੀਂ ਸਾਥ ਦਿੱਤਾ, ਸਰਕਾਰਾਂ ਬਣੀਆਂ, ਲੋਕਾਂ ਨੇ ਸਾਥ ਦਿੱਤਾ, ਜੇ ਉਹ ਤੋਂ ਮੁਣਕਰ ਹੁੰਦੇ ਆ, ਅਸੀਂ ਇਹ ਲਿਖ ਕੇ ਦੇਣ ਨੂੰ ਤਿਆਰ ਹਾਂ। ਜੋ ਅਸੀਂ ਗੱਲ ਕਹਿ ਕੇ ਚੱਲਾਂਗੇ, ਅਤੇ ਉਹ ਲੋਕਾਂ ਦੇ ਲਈ ਲਿਖ ਕੇ ਦੇ ਕੇ ਚੱਲਾਂਗੇ। ਸਰ ਅੱਜ ਇੱਕ ਸਵਾਲ ਹੋਰ, ਜਥੇਬੰਦੀਆਂ 'ਚ ਵੱਖਰੇਵੇਂ ਨੇ, ਵੱਖਰੋ ਵੱਖ ਜਥੇਬੰਦੀਆਂ ਨੇ। ਦੀਪ ਸਿੱਧੂ ਭਰਾ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਜਥੇਬੰਦੀਆਂ ਦਾ ਫੈਸਲਾ ਹੋਊਗਾ। ਲੱਗਦਾ ਨਹੀਂ ਵੀ ਸਾਰੇ ਜਥੇਬੰਦੀਆਂ ਨੂੰ ਇਕੱਠਾ ਕਰਨਾ ਤੁਹਾਡੇ ਵਾਸਤੇ ਵੀ ਚੁਣੌਤੀ ਹੋਊਗੀ? ਨਹੀਂ, ਦੇਖੋ ਜਥੇਬੰਦੀਆਂ ਦੇ ਫੈਸਲੇ ਸਿਰ ਮੱਥੇ ਆ। ਜਿੱਥੇ ਸਾਡੇ 'ਚ ਜੇ ਆਪਾਂ ਸਿੱਖ ਮਰਿਆਦਾ ਦੀ ਗੱਲ ਕਰੀਏ, ਤਾਂ ਪੰਜ ਪ੍ਰਧਾਨੀ ਦੀ ਗੱਲ ਆ, ਪੰਜ ਸਿੰਘਾਂ ਦੀ ਗੱਲ ਆ, ਪੰਜ ਪਿਆਰਿਆਂ ਦੀ ਗੱਲ ਆਉਂਦੀ ਆ, ਪੰਜ ਸਹਿਬਾਨਾਂ ਦਾ ਹੁਕਮ ਦੀ ਗੱਲ ਆਉਂਦੀ ਆ, ਤਾਂ ਉਹ ਸਿਰ ਮੱਥੇ ਹੋਣਗੇ। ਅਸੀਂ ਇਹ ਇੱਕ ਕਨਫਿਊਜ਼ਨ ਦੂਰ ਕੀਤੀ ਆ ਵੀ ਹਾਂ ਲੜਨੀ ਆ ਅਤੇ ਲੜ ਰਹੇ ਹਾਂ, ਉਹਦੇ ਲਈ ਜਥੇਬੰਦੀਆਂ ਦੇ ਸਹਿਯੋਗ ਦੀ ਅਪੀਲ ਕਰਦੇ ਹਾਂ। ਦੀਪ ਸਿੱਧੂ ਦੇ ਭਰਾ ਦੀ ਤੁਸੀਂ ਗੱਲ ਕਰਦੇ ਹੋ, ਸਾਡਾ ਭਰਾ ਮਨਦੀਪ, ਸਾਡਾ ਵੱਡਾ ਭਰਾ, ਅਤੇ ਇਹ ਨਹੀਂ ਆ ਵੀ ਮੈਂ ਇਹ ਗੱਲ ਉਹਨਾਂ ਦੇ ਕੀਤੇ ਬਿਨਾਂ ਹੀ ਬੋਲ ਰਿਹਾ, ਇਹ ਗੱਲ ਉਹਨਾਂ ਦੇ ਨਾਲ ਹੋਈ ਆ ਅਤੇ ਅਸੀਂ ਫੇਰ ਹੀ ਬੋਲ ਰਹੇ ਹਾਂ, ਉਹ ਸਾਡਾ ਭਰਾ ਹੀ ਆ, ਅਤੇ ਅਸੀਂ ਇਹ ਸਾਰੇ ਇਕੱਠੇ ਹੀ ਹਾਂ, ਇਸ ਮਸਲੇ ਦੇ ਉੱਤੇ ਇਕੱਠੇ ਹਾਂ, ਅਤੇ ਅਸੀਂ ਜਿਹੜੇ ਅੱਗੇ ਫੈਸਲੇ ਉਹ ਵੀ ਇਕੱਠੇ ਲਾਵਾਂਗੇ। ਧਾਰਮਿਕ ਸਿਆਸੀ ਮੁੱਦਾ ਦਾ, ਧਾਰਮਿਕ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਵੱਡੇ ਮੁੱਦੇ ਨੇ ਜਿਹਨਾਂ ਮੁੱਦਿਆਂ ਨੂੰ ਲੈ ਕੇ ਸਖਰਾਜ ਇਸ ਵਾਰ ਤਾਲ ਠੋਕ ਰਿਹਾ ਗਿੱਦੜਬਾਹ ਤੋਂ? ਧਾਰਮਿਕ ਮੁੱਦਾ ਤਾਂ ਹਰੇਕ ਦਾ ਮੁੱਦਾ ਤਾਂ ਹੈਗਾ, ਜਿਹੜਾ ਉਹ ਬੇਅਦਬੀ ਵਾਲਾ ਆ ਗਿਆ ਜਾਂ ਇਨਸਾਫ਼ ਨਹੀਂ ਮਿਲਿਆ ਪੰਜਾਬ ਦੇ ਵਿੱਚ। ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੀ ਬੇਰੁਜ਼ਗਾਰੀ ਜਿਹੜੀ, ਇਹ ਕਹਿੰਦੇ ਆ ਕਿ ਪੰਜਾਬ ਦਾ ਨੌਜਵਾਨ ਜਾਂ ਅਦਰ ਸਟੇਟ ਦਾ ਆਉਂਦਾ ਉਹਨੂੰ ਇਹ ਪਹਿਲ ਦਿੰਦੇ, ਅਸੀਂ ਪੰਜਾਬ ਦੇ ਨੌਜਵਾਨ ਦੀ ਪਹਿਲ ਦੀ ਗੱਲ ਕਰਾਂਗੇ। ਦੂਸਰਾ, ਜੇ ਗਿੱਦੜਵਾਹੇ ਹਲਕੇ ਦੀ ਗੱਲ ਕਰਦੇ ਹਾਂ, ਜਿਹੜੀ ਇੱਥੇ ਡਿਵੈਲਪਮੈਂਟ ਰੁਕੀ ਹੋਈ ਆ, ਹੋਸਪਿਟਲ ਬਿਲਕੁਲ ਚੰਗੇ ਨਹੀਂ ਹੈਗੇ, ਦੇਖੋ ਤੁਸੀਂ, ਇਹ ਗਿੱਦੜਵਾਹੇ ਦੇ ਲੋਕ ਦੱਸ ਸਕਦੇ ਆ, ਸ਼ਹਿਰ ਨਿਵਾਸੀ ਦੱਸ ਸਕਦੇ ਆ, ਇੱਥੇ ਪਾਣੀ ਦੀ ਪ੍ਰੋਬਲਮ ਆ, ਸੀਵਰੇਜ ਦੀ ਪ੍ਰੋਬਲਮ ਆ, ਲੋਕਾਂ ਦੇ ਘਰਾਂ 'ਚ ਪਾਣੀ ਵੜਦਾ, ਨਿਕਾਸੀ ਦੀ ਪ੍ਰੋਬਲਮ ਆਉਂਦੀ ਆ, ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ। ਦੂਜੀ, ਨੌਜਵਾਨੀ ਦੀ ਜੇ ਆਪਾਂ ਗੱਲ ਕਰਦੇ ਵੀ ਜਿਹੜੀ ਨਸ਼ੇ ਦੇ ਵਿੱਚ ਗੁਲਤਾਨ ਹੋਣ ਦੇ ਲਈ ਜਾ ਰਹੀ ਆ, ਉਹਨੂੰ ਜਿਹੜੀ ਪ੍ਰੈਫਰੈਂਸ ਆ, ਇਹਨਾਂ ਵੱਲੋਂ ਦਿੱਤੀ ਜਾ ਰਹੀ ਆ, ਸਰਕਾਰਾਂ ਦੇ ਨੁਮਾਇੰਦਿਆਂ ਵੱਲੋਂ ਦਿੱਤੀ ਜਾ ਰਹੀ ਹੈ। ਅਸੀਂ ਉਹਨੂੰ ਰੋਕਣ ਦੇ ਲਈ ਜਿੰਨੇ ਵੱਧ ਤੋਂ ਵੱਧ ਐਫਰਟਸ ਹੋਣਗੇ ਉਹ ਕਰਾਂਗੇ, ਲੋਕਾਂ ਨੂੰ ਨਾਲ ਲੈ ਕੇ ਕਰਾਂਗੇ। ਇਹ ਨਹੀਂ ਆ ਕਿ ਲੋਕਾਂ ਦੇ ਵਿੱਚ ਖੜ ਕੇ ਅਸੀਂ ਗੱਲ ਕਰਨ ਦੀ ਹਿੰਮਤ, ਅਸੀਂ ਉਹੀ ਗੱਲ ਕਰਦੇ ਵੀ ਜੇ ਇਹਨਾਂ ਨੂੰ ਬਣਾਉਣ ਦੀ ਹਿੰਮਤ ਰੱਖਦੇ ਹਾਂ, ਅਤੇ ਪੰਜਾਬ ਦੇ ਲੋਕ ਇਹਨਾਂ ਨੂੰ ਲਾਉਣ ਦੀ ਹਿੰਮਤ ਵੀ ਰੱਖਦੇ ਆ। ਜਿਹੜੇ ਇਸ਼ੂ ਦੇ ਉੱਤੇ ਸਰਕਾਰਾਂ ਬਣੀਆਂ ਉਹਨੂੰ ਅਸੀਂ ਤਾਂ ਕੇਂਦਰਿਤ ਬਿੰਦੂ ਰੱਖਿਆ ਵੀ ਇਹਨਾਂ ਨੇ ਅੱਜ ਤੱਕ ਉੱਤੇ ਕੰਮ ਨਹੀਂ ਕੀਤਾ, ਇਹ ਹੋਰ ਕੀ ਕਰਨਗੇ? ਇਹਨਾਂ ਕੋਲ ਕੁਰਸੀ ਤੋਂ ਸਿਵਾ ਗੱਲ ਕੋਈ ਨਹੀਂ, ਇੱਧਰਲੀ ਪਾਰਟੀ ਦਾ ਉੱਧਰ, ਉੱਧਰਲੀ ਦਾ ਇੱਧਰ। ਇੱਥੇ ਵੱਡੇ ਵੱਡੇ ਧਰਨਾਟ ਲੋਕਾਂ ਦਾ ਰਾਜ ਰਿਹਾ, ਇੱਥੋਂ ਦੇ ਏਰੀਏ ਦੇ ਮੁੱਖ ਮੰਤਰੀ ਰਹੇ ਆ, ਇੱਥੋਂ ਦੇ ਏਰੀਏ ਦੇ ਫਾਈਨੈਂਸ ਮਿਨਿਸਟਰ ਰਹੇ ਆ, ਇੱਥੋਂ ਦਾ ਅੱਜ ਜਿਹੜਾ ਮਤਲਬ ਐਕਸ MLA ਆ ਹੁਣੇ ਹੁਣੇ ਹੋਇਆ, ਅਤੇ ਉਹ ਪ੍ਰਧਾਨ ਆ ਕਾਂਗਰਸ ਦਾ, ਕੀ ਉਹ ਇੱਥੇ ਕੁਛ ਨਹੀਂ ਕਰ ਸਕਦਾ ਸੀ? ਅੱਜ ਇੱਕ ਚੀਫ ਮਿਨਿਸਟਰ ਦਾ ਦਾਅਵੇਦਾਰ ਆ, ਅਤੇ ਉਹ ਤਾਂ ਇੱਥੇ ਵੜਨਾ ਠੀਕ ਨਹੀਂ ਸਮਝਦਾ, ਉਹ ਤਾਂ ਐਂ ਭੱਜਿਆ ਇੱਥੋਂ
ਜਿਵੇਂ ਗਿੱਦੜਬਾਹੇ ਦੇ ਲੋਕ ਉਹਨੂੰ ਨਫ਼ਰਤ ਕਰਦੇ ਹੁੰਦੇ ਆ, ਗਿੱਦੜਬਾਹੇ ਦੇ ਲੋਕਾਂ ਨੇ ਉਹਨੂੰ ਚੁਣਿਆ ਸੀ ਤਾਂ ਉਹਦਾ ਇੱਥੋਂ ਭੱਜਣਾ ਨਹੀਂ ਬਣਦਾ ਸੀ। ਸੋ ਇਹ ਗੱਲਾਂ ਜਿਹੜੀਆਂ ਅਸੀਂ ਗਿੱਦੜਬਾਹੇ ਦੇ ਲੋਕਾਂ ਦੇ ਨਾਲ ਇੱਕ ਪਰਿਵਾਰਕ ਸਾਂਝ ਦੇ ਰੂਪ ਦੇ ਵਿੱਚ ਹੀ ਕਰਦੇ ਹਾਂ ਅਤੇ ਸਾਡੇ ਆਪਦੇ ਪਿੰਡ ਆ, ਸਾਡੇ ਆਪਦੇ ਪਿੰਡਾਂ ਦੀ ਗੱਲ ਆ ਅਤੇ ਉਹਦੀ ਜਿੰਨੀ ਵੱਧ ਤੋਂ ਵੱਧ ਡਿਵੈਲਪਮੈਂਟ ਦੀ ਗੱਲ ਹੋਊਗੀ ਉਹ ਅਸੀਂ ਪਹਿਲ ਦੇ ਆਧਾਰ 'ਤੇ ਕਰਾਂਗੇ। ਬਿਲਕੁਲ, ਸੁਖਰਾਜ ਸਿੰਘ ਨੇ ਨਿਆਮੀਵਾਲਾ ਔਰ ਇਹਨਾਂ ਦੇ ਪਿਤਾ ਸ਼ਹੀਦ ਹੋਏ ਸੀਗੇ ਔਰ ਕਿਤੇ ਨਾ ਕਿਤੇ ਜਾ ਕੇ ਸੁਖਰਾਜ ਸਿੰਘ ਨੇ ਟਾਲ ਥੋਕ ਦਿੱਤੀ ਹੈ ਗਿੱਦੜਬਾਹਾ ਤੋਂ ਕਿ ਜਿਮਨੀ ਚੋਣ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣਾਂ ਲੜਨਗੇ।